ਅਤੇ ਬਾ ਹੁਕਮ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਦੋਂ ਸਾਹਿਬ ਬਹਾਦਰ SSP ਸਾਹਿਬ ਆਏ ਦੇ ਆ, ਉਦੋਂ ਦੇ ਟ੍ਰੈਫਿਕ ਨੂੰ ਲੈ ਕੇ ਕਾਫੀ ਗੰਭੀਰ ਹੈਗੇ ਨੇ ਉਹ, ਔਰ ਉਹਨਾਂ ਨੇ ਕਿਹਾ ਸੀ ਵੀ ਕੋਈ ਵੀ ਪਟਾਕਾ ਨਹੀਂ ਵੱਜਣਾ ਚਾਹੀਦਾ ਸ਼ਹਿਰ ਦੇ ਵਿੱਚ, ਔਰ ਅਸੀਂ ਸਲੰਸਰ ਲਵਾਉਣੇ ਸ਼ੁਰੂ ਕੀਤੇ ਦੇ ਉਦੋਂ ਦੇ ਹੀ, ਔਰ ਅੱਜ ਮੈਂ 14-15 ਸਲੰਸਰ ਜਿਹੜੇ ਆ ਲਵਾਏ ਸੀ, ਕੱਲ੍ਹ ਵੀ ਲਵਾਏ ਸੀ, ਪਰਸੋਂ ਵੀ ਲਵਾਏ ਸੀ, ਉਦੋਂ ਦੀ ਮੁਹਿੰਮ ਚੱਲ ਰਹੀ ਹੈ, ਔਰ ਸਲੰਸਰ ਜਿਹੜੇ ਅੱਜ 14-15 ਸਲੰਸਰ ਜਿਹੜੇ ਲਵਾਏ ਸੀ ਉਹ ਡਿਸਟਰੋਏ ਕਰਾਏ ਆ, ਕਿਉਂਕਿ ਲੋਕਾਂ ਸ਼ਿਫਾਰਿਸ਼ਾਂ ਬੜੀਆਂ ਕਰਾਉਂਦੇ ਸੀ ਵੀ ਸਾਨੂੰ ਸਲੰਸਰ ਵਾਪਸ ਕਰਾ ਦਿਓ, ਕਦੀ ਕਿਸੇ ਦਾ ਫੋਨ ਕਰਾਉਂਦੇ ਸੀ ਸਲੰਸਰ ਵਾਪਸ ਹੋਣਾ ਚਾਹੀਦਾ ਸਾਨੂੰ, ਫਲਾਣੇ ਦਾ ਦੇ ਦਿਓ, ਇਸ ਕਰਕੇ ਮੈਂ ਬੁਲਾ ਕੇ JCB ਦਾ ਡਿਸਟਰੋਏ ਕਰਾ ਦਿੱਤੇ ਆ ਵੀ ਇਹ ਪੰਗਾ ਹੀ ਮੁੱਕੇ ਵੀ ਕਿਸੇ ਨੂੰ ਵਾਪਸ ਮਿਲਣ ਨਹੀਂ ਨਾ। ਨਾ ਨਾ ਉਹ ਸਾਡੇ ਮੁੰਡੇ ਆਪ ਦੇਖ ਲੈਂਦੇ, ਅਸੀਂ ਆਪ ਦੇਖ ਲੈਂਦੇ ਪਟਾਕਾ ਮਾਰ ਕੇ ਵੀ ਇਹ ਜੈਲੀ ਹੈ, ਮਤਲਬ ਜਿਹੜਾ ਕੰਪਨੀ ਨਾਲ ਉਹ ਨਾਲ ਆਉਂਦਾ ਉਹ ਤਾਂ ਪਟਾਕਾ ਮਾਰਦਾ ਹੀ ਨਹੀਂ, ਉਹਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਵੀ ਇਹ ਸਲੰਸਰ ਚੇਂਜ ਹੋਏਦਾ ਕਿ ਨਹੀਂ ਚੇਂਜ ਹੋਏਦਾ, ਉਹਦੀ ਢੋਲਕੀ ਚੇਂਜ ਕਰ ਦਿੰਦੇ ਆ, ਉੱਥੇ ਪਟਾਕਾ ਮਾਰਦੇ ਆ, ਵਾਪਸ ਮੰਗਣ ਵਾਸਤੇ ਸ਼ਿਫਾਰਿਸ਼ਾਂ ਪਵਾਉਂਦੇ ਅਸੀਂ, ਅਸੀਂ ਉਹਨੂੰ ਡਿਸਟਰੋਏ ਕਰ ਦਿੱਤਾ ਵਾ, ਇਸ ਕਰਕੇ ਵੀ ਇਹ ਪੰਗਾ ਹੀ ਮੁੱਕੇ ਵੀ ਵਾਪਸ ਕਿਸੇ ਨੂੰ ਕਰਨੇ ਨਹੀਂ। ਔਰ ਮੈਂ ਤੁਹਾਡੇ ਥਰੂ ਫਿਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਵੀ ਇਹ SSP ਸਾਹਿਬ ਦਾ ਹੁਕਮ ਹੈਗਾ ਵਾ ਵੀ ਇਹ ਕੋਈ ਵੀ ਪਟਾਕੇ ਮਾਰਨੇ ਬੰਦ ਕਰ ਦਿਓ, ਔਰ ਜਿਹੜੇ ਵੀ ਸਲੰਸਰ ਲੱਗੇ ਦੇ ਆ ਉਹਨਾਂ ਨੂੰ ਲਵਾ ਲਓ, ਆਪਣੇ ਘਰ ਰੱਖ ਲਓ, ਨਹੀਂ ਤਾਂ ਅਸੀਂ ਲਵਾ ਕੇ ਅਤੇ ਫਿਰ ਇਹੋ ਹੀ ਕਰਾਂਗੇ ਜੋ ਅੱਜ ਕੀਤਾ ਵਾ। ਉਹਨਾਂ ਦੇ ਕਾਰਵਾਈ ਜਿਹੜੇ ਵੇਚਦੇ ਆ ਜਿਹੜੇ ਰੱਖਦੇ ਆ ਉਹਨਾਂ ਨੂੰ ਮੇਰੇ ਵੱਲੋਂ ਅਪੀਲ ਆ ਵੀ ਆਪਣੇ ਸਲੰਸਰ ਲਾਉਣੇ ਬੰਦ ਕਰ ਦਿਓ, ਜਿਹੜੇ ਤੁਹਾਡੇ ਕੋਲ ਆਉਂਦੇ ਵੀ ਆ ਕੋਈ ਲਵਾਉਣ ਵਾਸਤੇ ਉਹਨਾਂ ਨੂੰ ਕਹਿੰਦੇ ਭਾਅ ਜੀ ਵੀ ਮੈਂ ਨਹੀਂ ਲਗਾਉਣਾ, ਅਗਰ ਜੇ ਉਹਨਾਂ ਕੋਲ ਦੁਕਾਨਦਾਰਾਂ ਕੋਲ ਇਹ ਸਲੰਸਰ ਫੜੇ ਜਾਂਦੇ ਜਾਂ ਫੜੇਗੇ ਤਾਂ ਉਹਨਾਂ 'ਤੇ ਪਰਚਾ ਦਰਜ ਕਰਾਂਗੇ, ਜੇ ਚਲਾਨ ਵੀ ਕੀਤੇ ਉਹਨਾਂ ਦੇ। ਮੈਂ ਬਾਉਂਡ ਕੀਤੇ ਦੇ ਸੀ, ਮੋਟਰਸਾਈਕਲ ਬੁਲਟ ਮੋਟਰਸਾਈਕਲ ਬਾਉਂਡ ਕੀਤੇ ਦੇ ਸੀ, ਔਰ ਜਿਹੜੇ ਬਾਉਂਡ ਕੀਤੇ ਦੇ ਆ ਉਹ ਜਦੋਂ ਪਰਚੀ ਕਟਾ ਕੇ ਲਿਆਉਂਦੇ ਆ RTO ਸਾਹਿਬ ਕੋਲ, ਉਹਨਾਂ ਦੇ ਫਿਰ ਸਲੰਸਰ ਲਵਾਈ ਦੇ ਆ, ਇੱਦਾਂ ਨਹੀਂ ਉਹਨੇ ਵਾਪਸ ਕਰੇ ਸਲੰਸਰ, ਉਹੀ ਨੇ ਉਹ ਸਲੰਸਰ ਲਵਾ ਕੇ ਫਿਰ ਉਹਨਾਂ ਨੂੰ ਜਿਹੜਾ ਨਾ ਆਪਣੇ ਮੋਟਰਸਾਈਕਲ ਵਾਪਸ ਕਰੀਦਾ।